ਦੋਸਤੋ, ਝਾਂਜਰ ਦੇ ਇਸ ਇੰਟਰਵਿਊ ਸੈਕਸ਼ਨ ਦੇ ਵਿੱਚ ਅਸੀਂ ਇਸ ਵਾਰ ਲੈ ਕੇ ਆਏ ਹਾਂ ਤੁਹਾਡੇ ਲਈ ਮਨਪ੍ਰੀਤ ਅਖਤਰ, ਜਿਸ ਨੇ ਪੰਜਾਬੀ ਗਾਇਕੀ ਦੇ ਵਿੱਚ ਹੀ ਨਹੀਂ ਹਿੰਦੀ ਫਿਲਮਾਂ ਵਿੱਚ ਵੀ ਆਪਣਾ ਨਾਮ ਕਮਾਇਆ। ਇਸ ਵਾਰ ਅਸੀਂ ਲੈ ਕੇ ਆਏ ਉਸ ਦੀ ਇੰਟਰਵਿਊ ਦਾ ਇਹ ਪਹਿਲਾ ਭਾਗ। ਸਭ ਤੋਂ ਪਹਿਲਾਂ ਪ੍ਰੋਗਰਾਮ ਝਾਂਜਰ ਵੇਖਣ ਵਾਲੇ ਮੇਰੇ ਪਿਆਰੇ ਪਿਆਰੇ ਅਤੇ ਸਤਿਕਾਰਯੋਗ ਦਰਸ਼ਕਾਂ ਨੂੰ, ਮੈਂ ਮਨਪ੍ਰੀਤ ਅਖਤਰ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜਨਮ ਮੁਕਤਸਰ ਸ਼੍ਰੀ ਕੀੜੇ ਖਾਂ ਸ਼ਕੀਨ ਜੀ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਹੋਇਆ। ਮੇਰਾ ਬਚਪਨ ਸਾਰਾ ਮੁਕਤਸਰ ਵਿੱਚ ਬੀਤਿਆ। ਮੈਂ 10ਵੀਂ ਤੱਕ ਦੀ ਵਿੱਦਿਆ ਮੁਕਤਸਰ ਤੋਂ ਹਾਸਿਲ ਕੀਤੀ। ਉਸ ਤੋਂ ਬਾਅਦ ਮੈਂ ਕੋਟਕਪੂਰੇ ਅਸੀਂ ਚਲੇ ਗਏ, ਉੱਥੇ ਅਸੀਂ ਸ਼ਿਫਟ ਹੋ ਗਏ। ਉਸ ਤੋਂ ਬਾਅਦ ਮੈਂ ਆਪਣੀ ਵਿੱਦਿਆ ਕੋਟਕਪੂਰੇ ਗਾਂਧੀ ਮੈਮੋਰੀਅਲ ਕਾਲਜ 'ਚੋਂ ਲਈ। ਫਿਰ ਮੈਂ ਬੀ ਐਡ ਫਿਰੋਜ਼ਪੁਰ ਤੋਂ ਕੀਤੀ। ਮੈਂ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਅਤੇ ਅੱਜ ਕੱਲ੍ਹ ਮੈਂ ਪੀ ਐੱਚ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕਰ ਰਹੀ ਹਾਂ। ਅਤੇ ਮੈਂ ਐੱਮ ਏ ਮਿਊਜ਼ਿਕ ਬੁੱਕ ਐੱਮ ਏ ਕੀਤੀ ਅਤੇ ਅੱਜ ਕੱਲ੍ਹ ਮੈਂ ਲੈਕਚਰਰ ਆਫ ਮਿਊਜ਼ਿਕ ਦੀ ਸੰਗਰੂਰ ਡਾਇਟ ਵਿਖੇ, ਜਿੱਥੇ ਮੈਂ ਮਿਊਜ਼ਿਕ ਪੜ੍ਹਾਉਂਦੀ ਹਾਂ। ਪਿਤਾ ਜੀ ਨੇ ਮੈਨੂੰ ਬਾਕਾਇਦਾ ਪੰਡਿਤ ਕ੍ਰਿਸ਼ਨ ਕਾਂਤ ਸ਼ਰਮਾ ਜੀ ਨੂਰ ਮਹਿਲ ਵਾਲਿਆਂ ਤੋਂ, ਜੋ ਭੀਮ ਸੈਨ ਜੋਸ਼ੀ ਜੀ ਦੇ ਸ਼ਾਗਿਰਦ ਸਨ, ਉਹਨਾਂ ਤੋਂ ਮੈਨੂੰ ਕਲਾਸੀਕਲ ਦੀ ਪੂਰੀ ਬਾਕਾਇਦਾ ਤਾਲੀਮ ਦਵਾਈ। ਪੰਜਾਬੀ ਫਿਲਮਾਂ 'ਚ ਬੈਕਗਰਾਊਂਡ ਸਿੰਗਿੰਗ ਕਰ ਦਿੰਦੀ ਸੀ। ਕਦੀ ਕਦਾਈ ਮੈਂ ਕਦੇ ਕੋਈ ਸਟੇਜ ਪਰਫੋਰਮ ਕਰਦੀ ਸੀ, ਉਹ ਵੀ ਬਹੁਤ ਜਿਸ ਤਰ੍ਹਾਂ ਕਹਿ ਲਓ ਕਿ ਸਰਕਾਰੀ ਫੰਕਸ਼ਨ, ਜਿੱਦਾਂ ਦੇ ਜਿੱਥੇ ਕਿਤੇ ਚੀਫ ਮਿਨਿਸਟਰ ਆਉਂਦੇ ਸੀ, ਮਿਨਿਸਟਰ ਆਉਂਦੇ ਸੀ, ਇਹੋ ਜਿਹੇ ਕੋਈ ਪ੍ਰੋਗਰਾਮ ਮੈਂ ਕਦੀ ਕਦਾਈ ਕਰਦੀ ਸਾਂ। ਪਰ ਇਸ ਲਾਈਨ ਵਿੱਚ ਬਾਕਾਇਦਾ ਤੌਰ 'ਤੇ ਨਹੀਂ ਸੀ ਆਉਂਦੀ, ਮੈਂ ਪਰਦੇ 'ਤੇ ਬਿਲਕੁਲ ਨਹੀਂ ਸੀ ਆਉਣਾ ਪਸੰਦ ਕਰਦੀ, ਕਿਉਂਕਿ ਮੇਰੇ ਘਰ ਵਿੱਚ ਜਿਹੜੇ ਬੰਧਨ ਸੀ ਉਹ ਇੱਦਾਂ ਦੇ ਸੀ ਕਿ ਕੁੜੀਆਂ ਦਾ ਗਾਉਣਾ ਥੋੜ੍ਹਾ ਮੁਨਾਸਿਬ ਨਹੀਂ ਸੀ ਸਮਝਿਆ ਜਾਂਦਾ। ਮੈਨੂੰ ਦਿਲਸ਼ਾਦ ਦੇ ਚਾਹੁਣ ਵਾਲਿਆਂ ਨੇ, ਬਹੁਤ ਸਾਰੇ ਗਾਇਕ ਗਾਇਕਾਵਾਂ ਨੇ, ਬਹੁਤ ਸਾਰੀਆਂ ਮਸ਼ਹੂਰ ਮਕਬੂਲ ਹਸਤੀਆਂ ਨੇ, ਵੱਡੀਆਂ ਵੱਡੀਆਂ ਮਹਾਨ ਹਸਤੀਆਂ ਨੇ ਮੈਨੂੰ ਆ ਕੇ ਮਤਲਬ ਐਪਰੀਸ਼ੀਏਟ ਕੀਤਾ ਅਤੇ ਕਿਹਾ ਕਿ ਤੂੰ ਜੇਕਰ ਬੇਟਾ ਤੂੰ ਗਾਏਂਗੀ ਤਾਂ ਦਿਲਸ਼ਾਦ ਨੂੰ ਤੂੰ ਅਮਰ ਰੱਖ ਸਕਦੀ ਹੈ, ਦਿਲਸ਼ਾਦ ਨੂੰ ਲੋਕ ਤਾਂ ਹੀ ਯਾਦ ਕਰਨਗੇ ਜੇ ਤੂੰ ਸਟੇਜ 'ਤੇ ਦਿਲਸ਼ਾਦ ਵਰਗੀ ਗਾਇਕੀ ਲੈ ਕੇ ਜਾਵੇਂਗੀ। ਤਾਂ ਮੈਂ ਇਸ ਗੱਲ ਨੂੰ ਬਹੁਤ ਹੀ ਪਿਆਰ ਨਾਲ, ਉਹਨਾਂ ਦੇ ਸਤਿਕਾਰ ਨਾਲ ਖਿੜੇ ਮੱਥੇ ਕਬੂਲਦਿਆਂ ਦਿਲਸ਼ਾਦ ਦੀਆਂ ਪਾਈਆਂ ਹੋਈਆਂ ਪੈਰਾਂ 'ਤੇ ਚੱਲਣੇ। ਛੋਟੇ ਸੁਪਨੇ ਹੋ, ਸੁਪਨੇ ਵੋ ਆਪਣੇ ਹੋ, ਤੋ ਯਾਰੋ।